ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਸਤਾਈ ਫਰਵਰੀ ਨੂੰ ਜਿਹੜਾ ਆਪਣੇ ਡੀ ਟੀ ਰੋਡ ਦੇ ਉੱਤੇ ਸਰਵ ਮਲਟੀਪਲੈਕਸ ਦੇ ਸਾਹਮਣੇ ਇੱਕ ਹੈਡਲੈਸ ਬੋਡੀ ਮਿਲੀ ਸੀ ਸਾਨੂੰ, ਜਿਹੜੀ ਕਿ ਇੱਕ ਬੈਗ ਦੇ ਵਿੱਚ ਸਟੈਕਡ ਸੀਗੀ। ਉਹਦੇ 'ਤੇ ਅਸੀਂ ਕੇਸ ਦਰਜ ਕਰਕੇ 28 ਤਰੀਕ ਨੂੰ ਉਹਦੀ ਤਫਤੀਸ਼ ਸ਼ੁਰੂ ਕੀਤੀ, ਜਿਹਦੇ 'ਚ ਸਾਡੇ ਸੀਨੀਅਰ ਅਫਸਰਸ ਏ ਡੀ ਸੀ ਪੀ ਸਾਹਿਬ ਮੈਡਮ ਅਤੇ ਏ ਸੀ ਪੀ ਐੱਸ ਐੱਚ ਓ ਅਤੇ ਹੋਰ ਨਾਲ ਟੀਮ ਜਿਹੜੇ ਹੈ ਉਹ ਸਪੈਸ਼ਲ ਟੀਮਾਂ ਬਣਾਈਆਂ, ਜਿਨ੍ਹਾਂ ਨੇ ਬੜੀ ਮਿਹਨਤ ਨਾਲ ਸਾਰੇ ਐਂਗਲ ਇਨਵੈਸਟੀਗੇਸ਼ਨ ਦੇ ਕਵਰ ਕਰਦੇ ਹੋਏ ਇਹਦੇ 'ਚ ਮਰਡਰ ਨੂੰ ਅਸੀਂ ਸੋਲਵ ਕੀਤਾ। ਉਹਦੇ 'ਚ ਜਿਹੜੀ ਪ੍ਰਿਲੀਮਿਨਰੀ ਪੁੱਛਗਿੱਛ ਤੋਂ ਗੱਲ ਸਾਹਮਣੇ ਆਈ ਹੈ ਕਿ ਮਰਨ ਵਾਲਾ ਬੰਦਾ ਬਾਬੂ ਲਾਲ ਸੀ, ਜੋ ਕਿ ਇੱਥੇ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਲੇਬਰ ਦਾ। ਉਹਦੀ ਵਾਈਫ ਪ੍ਰਭਾਵਤੀ ਉਹ ਸਾਰੇ ਸੁਲਤਾਨਪੁਰ ਦੇ ਰਹਿਣ ਵਾਲੇ ਯੂਪੀ ਦੇ, ਤੋ ਉਹਦੇ ਵਾਈਫ ਦੇ ਪੁਰਾਣੇ ਰਿਲੇਸ਼ਨ ਸੀਗੇ, ਇੱਕ ਰਾਧੇ ਸ਼ਾਮ ਨਾਮ ਦਾ ਵਿਅਕਤੀ ਹੈ ਉਸ ਏਰੀਏ ਦਾ ਰਹਿਣ ਵਾਲਾ ਸੁਲਤਾਨਪੁਰ ਦਾ ਹੀ। ਸੋ ਕਾਫੀ ਸਮੇਂ ਤੋਂ ਉਹਨਾਂ ਦੇ ਰਿਲੇਸ਼ਨ ਹੋਣ ਦੇ ਸੀਗੇ ਅਤੇ ਉਹ ਜਿਹੜਾ ਇਹ ਬਾਬੂ ਲਾਲ, ਉਹਨੂੰ ਲੱਗਿਆ ਕਿ ਸਾਡੇ ਇਸ ਰਿਲੇਸ਼ਨਸ਼ਿਪ ਦੇ ਵਿੱਚ ਇੱਕ ਤਰ੍ਹਾਂ ਦੀ ਅੜਚਣ ਹੈ, ਅਤੇ ਉਹ ਉਸ ਗੱਲ ਤੋਂ ਟੋਕਦਾ ਵੀ ਸੀਗਾ। ਉਸ ਗੱਲ ਦੇ ਬੈਕਗਰਾਊਂਡ ਦੇ ਵਿੱਚ ਉਹਨਾਂ ਨੇ ਕੌਨਸਪਾਇਰ ਕਰਕੇ ਦੋਨਾਂ ਨੇ ਉਹਨੂੰ ਬਾਬੂ ਲਾਲ ਨੂੰ ਉਹਦੇ ਹੀ ਘਰ ਜਦੋਂ ਰਾਤ ਨੂੰ ਵਾਪਸ ਆਇਆ ਤਾਂ ਉਹਦਾ ਮਰਡਰ ਕਰ ਦਿੱਤਾ। ਕਿਉਂ ਕੀਤਾ ਸੀ, ਕੀ ਕਾਰਨ ਸੀ ਤੁਹਾਡਾ? ਸਰ ਹਮ ਤੇ ਬਿਮਾਰ ਨਹੀਂ ਥਾ। ਹਾਂ ਫਿਰ ਕਿਉਂ ਐਸੇ ਕਾ ਕੰਮ, ਕਿਆ ਕਾਰਨ ਥਾ ਆਪਕੋ? ਕੋਈ ਕਾਰਨ ਨਹੀਂ ਥਾ ਸਰ, ਮੈਂ ਪਹਿਲੇ ਸੇ ਦਿਲਵਾ ਧਮਕਾ ਰਹਾ ਥਾ, ਸਾਲ ਦੋ ਸਾਲ ਸੇ ਇਸੇ ਮਾਰੂੰਗਾ। ਹਮ ਔਰ ਜਬ ਉਸਨੇ ਆਇਆ ਮਾਰਨੇ ਕੇ, ਹਮਕੋ ਨਹੀਂ ਪਤਾ ਥਾ ਕੋ ਮਾਰੇਗਾ। ਅੱਛਾ, ਉਸਨੇ ਉਹਨੇ 26 ਤਾਰੀਖ ਕੋ ਆਇਆ ਥਾ। ਹਮ ਦੋ ਤਿੰਨ ਘੰਟਾ ਰਹਾ ਸਾਥ ਮੇਂ। ਹਮ ਚਲਾ ਗਿਆ ਥਾ ਕਿਸੀ ਕੇ ਪਾਸ ਮੇਂ ਉਹ ਰਹਾ। ਹਮ ਆਪਣੇ ਰਿਸ਼ਤੇਦਾਰ ਕੇ, ਇਹ ਨਹੀਂ ਪਤਾ ਹਮਕੋ। ਅੱਛਾ, ਫਿਰ 27 ਪਾਇਆ ਥਾ। ਹਮ ਹਮ ਉਸ ਦਿਨ ਰਹਾ ਸਾਥ ਮੇਂ, ਦੇਵੀ ਤਲਾਬ ਤੱਕ ਘੁੰਮਨੇ ਗਿਆ ਥਾ। ਹਮ ਫਿਰ ਵਹਾਂ ਸੇ ਲੌਟ ਕੇ ਆਇਆ, ਵਹਾਂ ਜਾ ਰਹਿਤਾ ਥਾ, ਵਹਾਂ ਚਲਾ ਗਿਆ। ਅੱਛਾ, ਫਿਰ ਰਾਤੀ ਕੋ ਫੋਨ ਕੀਆ ਉਸਨੇ, ਹਮਨੇ ਫੋਨ ਜਿਤਨੀ ਬਾਰ ਕੀਆ ਉਠਾਇਆ ਉਸਕੋ। ਹਮ ਤੋ ਕਿਆ ਲਾਸਟ ਮੇਂ ਕਿਆ ਹੁਆ? ਕਿਆ ਲਾਸਟ ਮੇਂ ਕਿਆ ਹੁਆ ਥਾ? ਤੋ ਫਿਰ ਵਹੀ 11 ਵਜੇ ਆਇਆ। ਹਮ ਰਾਤੀ ਕੋ। ਅੱਛਾ, ਆਪਕਾ ਕਿਆ ਲਗਤਾ ਥਾ? ਸਰ ਹਮਾਰਾ ਲਗਤਾ ਨਹੀਂ ਥਾ, ਜਿਤੇ ਹਮ ਤੇ ਉਸਸੇ। ਆਪ 2 ਘੰਟੇ ਉਸਕੇ ਸਾਥ ਰਹੇ ਹੋ, ਕਿਆ ਕੁਛ ਤੋ ਲਗਤਾ ਥਾ ਨਾ ਆਪਕਾ? ਜੈਸੇ ਪਤੀ ਪਤਨੀ ਰਹਤੇ ਥੇ ਸਰ, ਵੈਸੇ ਹੀ ਉਹ ਥਾ। ਅੱਛਾ, ਵੈਸੇ ਹਮਾਰਾ ਆਪਕਾ ਦੋਸਤ ਥਾ? ਜੀ ਸਰ। ਕਿਤਨੇ ਸਾਲ ਸੇ ਆਪਕਾ ਥਾ ਦੋਸਤੀ? 4 ਸਾਲ ਸੇ। ਸਤਾਈ ਫਰਵਰੀ ਨੂੰ ਜਿਹੜਾ ਆਪਣੇ ਡੀ ਟੀ ਰੋਡ ਦੇ ਉੱਤੇ ਸਰਵ ਮਲਟੀਪਲੈਕਸ ਦੇ ਸਾਹਮਣੇ ਇੱਕ ਹੈਡਲੈਸ ਬੋਡੀ ਮਿਲੀ ਸੀ ਸਾਨੂੰ, ਜਿਹੜੀ ਕਿ ਇੱਕ ਬੈਗ ਦੇ ਵਿੱਚ ਸਟੈਕਡ ਸੀਗੀ। ਉਹਦੇ 'ਤੇ ਅਸੀਂ ਕੇਸ ਦਰਜ ਕਰਕੇ 28 ਤਰੀਕ ਨੂੰ ਉਹਦੀ ਤਫਤੀਸ਼ ਸ਼ੁਰੂ ਕੀਤੀ, ਜਿਹਦੇ 'ਚ ਸਾਡੇ ਸੀਨੀਅਰ ਅਫਸਰਸ ਏ ਡੀ ਸੀ ਪੀ ਸਾਹਿਬ ਮੈਡਮ ਅਤੇ ਏ ਸੀ ਪੀ ਐੱਸ ਐੱਚ ਓ ਅਤੇ ਹੋਰ ਨਾਲ ਟੀਮ ਜਿਹੜੇ ਹੈ ਉਹ ਸਪੈਸ਼ਲ ਟੀਮਾਂ ਬਣਾਈਆਂ, ਜਿਨ੍ਹਾਂ ਨੇ ਬੜੀ ਮਿਹਨਤ ਨਾਲ ਸਾਰੇ ਐਂਗਲ ਇਨਵੈਸਟੀਗੇਸ਼ਨ ਦੇ ਕਵਰ ਕਰਦੇ ਹੋਏ ਇਹਦੇ 'ਚ ਮਰਡਰ ਨੂੰ ਅਸੀਂ ਸੋਲਵ ਕੀਤਾ। ਉਹਦੇ 'ਚ ਜਿਹੜੀ ਪ੍ਰਿਲੀਮਿਨਰੀ ਪੁੱਛਗਿੱਛ ਤੋਂ ਗੱਲ ਸਾਹਮਣੇ ਆਈ ਹੈ ਕਿ ਮਰਨ ਵਾਲਾ ਬੰਦਾ ਬਾਬੂ ਲਾਲ ਸੀ, ਜੋ ਕਿ ਇੱਥੇ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਲੇਬਰ ਦਾ। ਉਹਦੀ ਵਾਈਫ ਪ੍ਰਭਾਵਤੀ ਉਹ ਸਾਰੇ ਸੁਲਤਾਨਪੁਰ ਦੇ ਰਹਿਣ ਵਾਲੇ ਯੂਪੀ ਦੇ, ਤੋ ਉਹਦੇ ਵਾਈਫ ਦੇ ਪੁਰਾਣੇ ਰਿਲੇਸ਼ਨ ਸੀਗੇ, ਇੱਕ ਰਾਧੇ ਸ਼ਾਮ ਨਾਮ ਦਾ ਵਿਅਕਤੀ ਹੈ ਉਸ ਏਰੀਏ ਦਾ ਰਹਿਣ ਵਾਲਾ ਸੁਲਤਾਨਪੁਰ ਦਾ ਹੀ। ਸੋ ਕਾਫੀ ਸਮੇਂ ਤੋਂ ਉਹਨਾਂ ਦੇ ਰਿਲੇਸ਼ਨ ਹੋਣ ਦੇ ਸੀਗੇ ਅਤੇ ਉਹ ਜਿਹੜਾ ਇਹ ਬਾਬੂ ਲਾਲ, ਉਹਨੂੰ ਲੱਗਿਆ ਕਿ ਸਾਡੇ ਇਸ ਰਿਲੇਸ਼ਨਸ਼ਿਪ ਦੇ ਵਿੱਚ ਇੱਕ ਤਰ੍ਹਾਂ ਦੀ ਅੜਚਣ ਹੈ, ਅਤੇ ਉਹ ਉਸ ਗੱਲ ਤੋਂ ਟੋਕਦਾ ਵੀ ਸੀਗਾ। ਉਸ ਗੱਲ ਦੇ ਬੈਕਗਰਾਊਂਡ ਦੇ ਵਿੱਚ ਉਹਨਾਂ ਨੇ ਕੌਨਸਪਾਇਰ ਕਰਕੇ ਦੋਨਾਂ ਨੇ ਉਹਨੂੰ ਬਾਬੂ ਲਾਲ ਨੂੰ ਉਹਦੇ ਹੀ ਘਰ ਜਦੋਂ ਰਾਤ ਨੂੰ ਵਾਪਸ ਆਇਆ ਤਾਂ ਉਹਦਾ ਮਰਡਰ ਕਰ ਦਿੱਤਾ, ਗਲਾ ਕੱਟ ਕੇ ਮਰਡਰ ਕੀਤਾ ਸੀਗਾ ਅਤੇ ਗਲੇ ਨੂੰ ਫਿਰ ਉਸ ਤੋਂ ਬਾਅਦ ਬਿਲਕੁਲ ਹੀ ਚੌਪ ਆਫ ਕਰ ਦਿੱਤਾ। ਔਰ ਮੁੱਢਲੀ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਕਿ ਪਹਿਲਾਂ ਜਿਹੜਾ ਹੈੱਡ ਹੈ, ਸਿਰ ਜਿਹੜਾ ਹੈ, ਉਹਨੂੰ ਡਿਸਪੋਜ਼ ਆਫ ਕਰਕੇ ਪਲਾਸਟਿਕ ਦੇ ਬੈਗ 'ਚ ਲਿਜਾ ਕੇ ਨਾਲ ਮਿੱਟੀ ਦਾ ਤੇਲ ਲੈ ਕੇ ਘੁੰਮਦੇ ਰਹੇ ਕਿ ਇਹਨੂੰ ਕਿਤੇ ਡਿਸਪੋਜ਼ ਆਫ ਕਰ ਦਈਏ, ਬਰਨ ਕਰ ਦਈਏ।
ਸੋ ਦੈਟ ਉਹ ਜੀ ਨਿਸ਼ਾਨਦੇਹੀ ਨਾ ਹੋ ਸਕੇ, ਫੇਸ ਪਹਿਚਾਣਿਆ ਨਾ ਜਾ ਸਕੇ। ਉਸ ਤੋਂ ਬਾਅਦ ਕਿਉਂਕਿ ਇਹਨਾਂ ਨੂੰ ਜਗ੍ਹਾ ਕੋਈ ਨਹੀਂ ਮਿਲੀ, ਫਿਰ ਇਹਨਾਂ ਨੇ ਰੰਧਾਵਾ ਮਸੰਦਾ ਦੇ ਵਿੱਚ ਸਰਕਾਰੀ ਸਕੂਲ ਦੇ ਨੇੜੇ ਇੱਕ ਦਰਖਤ ਥੱਲੇ ਉਹ ਜਿਹੜਾ ਬੈਗ ਰੱਖ ਦਿੱਤਾ, ਔਰ ਜਿਹੜੀ ਬਾਡੀ ਹੈ ਉਹਨੂੰ ਸਾਈਕਲ 'ਤੇ ਲਿਆ ਕੇ ਬਾਬੂ ਲਾਲ ਦੇ 'ਤੇ ਅਤੇ ਉੱਥੇ ਸਰ ਮਲਟੀਪਲੈਕਸ ਦੇ ਸਾਹਮਣੇ ਰੱਖ ਦਿੱਤਾ ਰੋਡ ਦੇ ਉੱਤੇ। ਸੋ ਹੁਣ ਇਹਨੇ ਪ੍ਰਭਾਵਤੀ ਨੇ ਦੱਸਿਆ ਕਿ ਜਿਹੜਾ ਜਦੋਂ ਇਹ ਮਰਡਰ ਕਰਕੇ ਪ੍ਰਭਾਵਤੀ ਵੀ ਅਤੇ ਰਾਧੇ ਸ਼ਾਮ ਵੀ ਦੋਨੋਂ ਪਹਿਲਾਂ ਚੰਡੀਗੜ੍ਹ ਗਏ, ਚੰਡੀਗੜ੍ਹ ਤੋਂ ਟ੍ਰੇਨ 'ਤੇ ਸੁਲਤਾਨਪੁਰ ਚਲੇ ਗਏ ਯੂਪੀ 'ਚ, ਉੱਥੋਂ ਵਾਪਸ ਆ ਗਏ, ਪ੍ਰਭਾਵਤੀ ਆਪਣੇ ਘਰ ਰਹਿਣ ਲੱਗ ਗਈ, ਅਤੇ ਜਿਹੜਾ ਰਾਧੇ ਸ਼ਾਮ ਆ ਉੱਥੇ ਆਪਣੇ ਜਿਹੜਾ ਚੰਡੀਗੜ੍ਹ ਕੰਮ ਕਰਦਾ ਜੀਪ ਚਲਾਉਂਦਾ ਉੱਥੇ ਉਹ ਕੰਮ ਕਰਨ ਲੱਗ ਗਿਆ ਸੀ। ਇਹਨਾਂ ਦੇ ਪਰਿਵਾਰ ਦੇ ਵਿੱਚ ਤਿੰਨ ਬੱਚੇ ਹੈ, ਦੋ ਬੇਟੀਆਂ ਨੇ, ਇੱਕ ਬੇਟੀ ਵੱਡੀ ਹੈ ਮਿਡਲ ਦੇ ਵਿੱਚ ਸਨ ਹੈ, ਇੱਕ ਛੋਟੀ ਬੇਟੀ ਹੈ। ਇਹ ਮੈਰਿਜ ਤੋਂ ਪਹਿਲਾਂ ਤਾਂ ਹੀ ਮੰਨ ਰਹੀ ਹੈ, ਔਰ ਇਹ 27 ਐਵੀਡੈਂਸ ਐਕਟ ਦੇ ਵਿੱਚ ਪੁਲਿਸ ਨੇ ਅੱਜ ਸਵੇਰੇ ਹੀ ਹੁਣ ਜਿਹੜਾ ਇਹ ਹੈੱਡ ਹੈ ਉਹ ਬਰਾਮਦ ਕੀਤਾ, ਤਾਂ ਉਹਦੀ ਅਸੀਂ ਡੀ ਐੱਨ ਏ ਵਗੈਰਾ ਸਾਰਾ ਜੋ ਹੈ ਮੈਚਿੰਗ ਉਹਦੇ ਨਾਲ ਕਰਾ ਰਹੇ ਹਾਂ। ਦੇਖੋ ਭਾਈ ਸਾਹਿਬ, ਜੇ ਆਪਾਂ ਉਹਨਾਂ ਦੀ ਗੱਲ ਮੰਨਣੀ ਹੈ ਫਿਰ ਤੁਸੀਂ ਆਪਾਂ ਅਗੇਂਸਟ ਇਨਵੈਸਟੀਗੇਸ਼ਨ, ਮੈਨੂੰ ਜੇ ਉਹਨੂੰ ਪਤਾ ਨਹੀਂ ਹੈ ਤਾਂ ਫਿਰ ਹੈੱਡ ਕਿੱਦਾਂ ਬਰਾਮਦ ਹੋ ਗਿਆ? ਆਪਾਂ ਮੁਲਜ਼ਮਾਂ ਦੀ ਮਦਦ ਨਾ ਕਰੀਏ ਇਹੋ ਜਿਹੀਆਂ ਗੱਲਾਂ ਕਰਕੇ, ਅੱਛਾ ਨਹੀਂ ਲੱਗਦਾ। ਦੋ ਹੀ ਜਣੇ ਸੀਗੇ ਜੀ। ਇਹ ਤਾਂ ਦੇਖੋ ਇਨਵੈਸਟੀਗੇਸ਼ਨ ਕੀਤੀ, ਅਸੀਂ ਦੇਖਿਆ ਕਿ ਕਿਹੜੇ ਕਿਹੜੇ ਬੰਦੇ ਕਿਵੇਂ ਕਿਵੇਂ ਹੈਗੇ ਆ, ਫਿਰ ਸਾਨੂੰ ਕੋਈ ਇਨਫੋਰਮੇਸ਼ਨ ਮਿਲੀ, ਕੋਈ ਸੋਰਸਿਸ ਨੇ ਦੱਸਿਆ, ਫਿਰ ਇਹਦੀ ਪ੍ਰਭਾਵਤੀ ਦੀ ਅਸੀਂ ਡਿਟੇਲ 'ਚ ਪੁੱਛਗਿੱਛ ਕੀਤੀ, ਉਸ ਤੋਂ ਇਹ ਬ੍ਰੇਕ ਹੋਈ, ਫਿਰ ਅਸੀਂ ਰਿਕਵਰੀ ਕੀਤੀ। ਉਹ ਬਰਾਮਦਗੀ ਹੁਣ ਕਰਾਉਣੀ ਹੈ ਕਿਉਂਕਿ ਇਹਨਾਂ ਨੇ ਉਹ ਡਿਸਪੋਜ਼ ਆਫ ਕੀਤਾ ਸੀਗਾ ਕਿਤੇ ਉਹਦੀ, ਹੁਣ ਕਿਉਂਕਿ ਹੁਣ ਸਵੇਰੇ 11:30 ਦੇ ਕਰੀਬ ਤਾਂ ਇਹ ਅਰੈਸਟ ਹੋਈ ਹੈ, ਤਾਂ ਇਮੀਡੀਏਟਲੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਸਾਰੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਸਾਰੀ ਚੀਜ਼ ਲੈ ਕੇ ਆਵਾਂਗੇ। ਹਾਂਜੀ, ਆਪਣੇ ਇੱਥੇ 8 ਨੰਬਰ ਡਿਵੀਜ਼ਨ ਦੇ ਏਰੀਏ 'ਚ ਉੱਥੇ ਹੀ ਰਹਿ ਰਹੀ ਸੀ ਇਹ, ਆਪਣੇ ਘਰ ਆ ਕੇ ਵਾਪਸ ਰਹਿਣ ਲੱਗ ਗਈ ਸੀ, ਬੱਚੇ ਵੀ ਉੱਥੇ ਹੀ ਸੀਗੇ। ਦੇਖੋ ਅਜੇ ਗੱਲ ਰਾਧੇ ਸ਼ਾਮ ਦੇ ਆਉਣ ਤੋਂ ਅਤੇ ਇਹਦੇ ਤੋਂ ਹੋਰ ਕ੍ਰੋਸ ਕੁਐਸਚਨਿੰਗ ਬੜੀ ਜ਼ਰੂਰੀ ਹੈ, ਕਈ ਵਾਰ ਮੁਲਜ਼ਮ ਇੱਕ ਸਾਈਡਡ ਸਟੋਰੀ ਹੁੰਦੀ ਹੈ ਔਰ ਗੱਲ ਛੁਪਾਉਣ ਦੀ ਕੋਸ਼ਿਸ਼ ਕਰਦੇ ਆ, ਜਦੋਂ ਦੋਨਾਂ ਦੀ ਕ੍ਰੋਸ ਐਗਜ਼ਾਮੀਨੇਸ਼ਨ ਇਨਵੈਸਟੀਗੇਸ਼ਨ ਹੋਏਗੀ, ਕੁਐਸਚਨਿੰਗ ਹੋਏਗੀ, ਉੱਥੋਂ ਗੱਲ ਹੋਰ ਵੀ ਡਿਟੇਲ 'ਚ ਆਪਾਂ ਨੂੰ ਸਮਝ ਆਏਗੀ। ਇਹ ਹਾਊਸ ਵਾਈਫ ਹੈ, ਠੀਕ ਹੈ ਜੀ। ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ ਬੀਬੀ ਰਾਜਵਿੰਦਰ ਜੀ, ਸਾਰੀਆਂ ਸਮੱਸਿਆਵਾਂ ਦਾ ਹੱਲ 2 ਘੰਟੇ ਵਿੱਚ ਘਰ ਬੈਠੇ, ਵਸ਼ੀਕਰਨ ਕਰਨਾ, ਮੁੱਠੀਕਰਨ ਕਰਨਾ ਜਾਂ ਤੁੜਵਾਉਣਾ, ਵਿਦੇਸ਼ ਯਾਤਰਾ ਵਿੱਚ ਰੁਕਾਵਟ, ਪੀਆਰ ਵਿੱਚ ਰੁਕਾਵਟ, ਲਵ ਮੈਰਿਜ ਪਿਆਰ 'ਚ ਰੁਕਾਵਟ, ਜੇਕਰ ਤੁਹਾਡਾ ਪਤੀ ਪਤਨੀ ਧੀ ਭੈਣ ਭਰਾ ਕਿਸੇ ਦੇ ਵਸ਼ 'ਚ ਹਨ, ਉਸ ਤੋਂ ਛੁਟਕਾਰਾ ਮੈਂ ਦਿਲਾਵਾਂਗੀ। ਲਾਟਰੀ ਚਾਹੇ ਕੋਈ ਵੀ ਹੋਵੇ, 649 ਲੋਟੋ ਮੈਕਸ ਜਾਂ ਮੈਗਾ ਮਿਲੀਅਨ ਗਰੰਟਿਡ ਨਿਕਲੇਗੀ, ਫੋਨ ਮਿਲਾਉਂਦੇ ਹੀ ਤੁਹਾਡੀ ਜ਼ਿੰਦਗੀ ਸਵਰ ਜਾਵੇਗੀ। ਸਾਰੀਆਂ ਸਮੱਸਿਆਵਾਂ ਦਾ ਹੱਲ 1125 ਰੁਪਏ 'ਚ ਗਰੰਟੀ ਨਾਲ ਕਰਾਓ। ਕਰੋ ਸੰਪਰਕ ਬੀਬੀ ਰਾਜਵਿੰਦਰ 81 400 6 7900 9।